ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਅੱਜ ਅਸੀਂ ਪਿੰਡ ਕਾਦੀ ਮਾਜਰਾ ਵਿਖੇ ਸਰਦਾਰ ਸਿੰਦਰ ਸਿੰਘ ਤੇ ਸਰਬਜੀਤ ਸਿੰਘ ਦੇ ਫਾਰਮ ਤੇ ਖੜੇ ਆ ਇੱਥੇ ਅਸੀਂ ਅੱਜ ਝੋਨੇ ਦੀ ਸਿੱਧੀ ਬਿਜਾਈ ਕਰਾ ਰਹੇ ਆ ਤੇ ਪੰਜਾਬ ਸਰਕਾਰ ਵੱਲੋਂ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਪਾਣੀ ਦੀ ਬਚਤ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰੀਏ ਹੁਣ ਸਾਡੇ ਕੋਲ ਸਰਦਾਰ ਸਰਿੰਦਰ ਸਿੰਘ ਹੈ ਇਹ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਆ ਇਹਨਾਂ ਤੋਂ ਅਸੀਂ ਪੁੱਛਦੇ ਹਾਂ ਵੀ ਤੁਸਾਂ ਨੂੰ ਕੀ ਇਹਦੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕੀ ਫਾਇਦੇ ਆ ਅਤੇ ਕਿਸ ਤਰ੍ਹਾਂ ਕਿਹਨਾਂ ਨੇ ਸਾਨੂੰ ਪ੍ਰੇਰਿਤ ਕਰਿਆ ਜੀ ਇਹ ਸਾਨੂੰ ਖੇਤੀਬਾੜੀ ਵਾਲੇ ਨੇ ਪਹਿਲਾਂ ਵੀ ਪ੍ਰੇਰਿਤ ਕਰਦਾ ਅਸੀਂ ਪਹਿਲਾਂ ਵੀ ਬੀਜੀ ਸੀ 3-2 ਸਾਲ ਪਹਿਲਾਂ ਉਹਦੇ ਵਿੱਚ ਥੋੜ੍ਹੇ ਨਦੀਨਾਂ ਨੇ ਸਾਨੂੰ ਨੁਕਸਾਨ ਕਰਿਆ ਤਾ ਪਰ ਫਸਲ ਫਿਰ ਵੀ ਠੀਕ ਰਹੀ ਉਹਦੇ ਨਾਲ ਪਾਣੀ ਦੀ ਬੱਚਤ ਤਾਂ ਬਹੁਤ ਹੁੰਦੀ ਹੈ ਹੁਣ ਮਹਿਕਮੇ ਆਇਆ ਸਾਨੂੰ ਫਿਰ ਦੁਬਾਰਾ ਪ੍ਰੇਰਿਤ ਕਰ ਦਿੱਤੀ ਵੀ ਤੁਸੀਂ ਦੁਬਾਰਾ ਸ਼ੁਰੂ ਕਰੋ ਵੀ ਐਤਕੀ ਅਸੀਂ ਥੋੜ੍ਹੀ ਤਕਨੀਕ ਨਾਲ ਕੰਮ ਕਰਾਵਾਂਗੇ ਉਹ ਵਧੀਆ ਤਰੀਕੇ ਨਾਲ ਅਸੀਂ ਲੱਗੇ ਵੀ ਜੋ ਮਸ਼ੀਨ ਨਾਲ ਬੀਜਰਾਈ ਕਰ ਰਹੇ ਹਾਂ ਔਰ ਪਾਣੀ ਦੀ ਬੱਚਤ ਹੋਊਗੀ ਜਿਹਦੇ ਨਾਲ ਇਹ ਫਾਇਦੇਮੰਦ ਚੀਜ਼ ਹੈ ਝਾੜ ਦਾ ਕੋਈ ਫਰਕ ਨਹੀਂ ਪੈਂਦਾ ਝਾੜ ਤਕਰੀਬਨ ਉਨਾ ਹੀ ਨਿਕਲਦਾ ਸਰਿੰਦਰ ਸਿੰਘ ਵੱਲੋਂ 6 ਕਿੱਲੇ ਲੱਕੀ ਸੀ ਡਰਿੱਲ ਨਾਲ ਬਿਜਾਏ ਜਾ ਰਹੇ ਆ ਇਸੇ ਤਰ੍ਹਾਂ ਇਸੇ ਪਿੰਡ ਦੇ ਸਰਦਾਰ ਸਰਬਜੀਤ ਸਿੰਘ ਹੈ ਇਹਨਾਂ ਵੱਲੋਂ ਵੀ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਆ ਉਹ ਸਰਬਜੀਤ ਸਿੰਘ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਝੋਨੇ ਸਿੱਧੀ ਬਿਜਾਈ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਖੇਤੀਬਾੜੀ ਮਹਿਕਮੇ ਦਾ ਜਿਹੜੇ ਕਿਸਾਨਾਂ ਨੂੰ ਉਤਸ਼ਾਹ ਕਰ ਰਹੇ ਹਾਂ ਕਿਉਂਕਿ ਜੋ ਪਾਣੀ ਦਾ ਲੇਵਲ ਹੈ ਪੰਜਾਬ ਦੇ ਵਿੱਚ ਬਹੁਤ ਹੇਠਾਂ ਜਾ ਰਿਹਾ ਇਹ ਬਹੁਤ ਸੋਚਣ ਦਾ ਵਿਸ਼ਾ ਹੈ ਅਸੀਂ ਪਹਿਲੀ ਵਾਰੀ ਮਹਿਕਮੇ ਤੋਂ ਕਹਿਣ ਤੋਂ ਮੈਂ 3 ਜਾਂ 4 ਕਿੱਲੇ ਸਿੱਧੀ ਬਿਜਾਈ ਦੇ ਬੀਜ ਰਿਹਾ ਮੈਂ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਦਾ ਵੀ ਜੇ ਜ਼ਿਆਦਾ ਨਹੀਂ ਤਾਂ ਥੋੜ੍ਹਾ ਸਾਰਿਆਂ ਨੂੰ ਆਪਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਸਾਡੇ ਨਾਲ ਖੇਤੀਬਾੜੀ ਮਹਿਕਮਾ ਵੀ ਸਾਨੂੰ ਸਹਿਯੋਗ ਦੇ ਰਿਹਾ ਅਤੇ ਆਪਾਂ ਨੂੰ ਜ਼ਰੂਰ ਸਿੱਧੀ ਬਿਜਾਈ ਬੀਜ ਕੇ ਦੇਖਣੀ ਚਾਹੀਦੀ ਅੱਜ ਬਹੁਤ ਵਧੀਆ ਸਾਨੂੰ ਕਿਸਾਨਾਂ ਵੱਲੋਂ ਰਿਸਪੋਂਸ ਮਿਲਿਆ ਅਸੀਂ ਬੜੇ ਧੰਨਵਾਦੀ ਹਾਂ ਇਹਨਾਂ ਦਾ ਜਿਨ੍ਹਾਂ ਨੇ ਇਸੇ ਪਿੰਡ ਦੇ ਵਿੱਚ ਘੱਟੋ 20-25 ਏਕੜ ਝੋਨੇ ਦੀ ਸਿੱਧੀ ਬਿਜਾਈ ਹੋਣੀ ਹੈ ਲੋੜ ਨਹੀਂ ਯਾਰ।